ਤਾਂ ਜੀ ਆਪਣਾ ਮੇਰਾ ਨਾਂ ਕੁਸਮ ਜੇ ਕੀ ਜੇ ਸਾਰਾ ਮਸਲਾ ਜਿਹੜਾ ਤੁਹਾਡੇ ਬੇਟੇ ਨੇ ਤੁਹਾਡੇ ਘਰ ਮਲਾ ਦਿੱਤਾ ਇਹ ਜੀ ਮਸਲਾ ਇਹ ਹੀ ਆ ਸਾਨਾ ਰੋਜ਼ ਮਾਰ ਕੁਟਾਈ ਕਰਦਾ ਆ ਰੋਜ਼ ਮੇਰੇ ਆਦਮੀ ਦੇ ਹੱਥੀਂ ਆਣ ਕੇ ਸ਼ਰਾਬ ਪੀ ਲੈਂਦਾ ਜੇ ਇਹ ਸ਼ਰਾਬ ਪੀ ਕੇ ਨਾ ਜਿਹੜੀ ਗੱਲ ਕਰਦਾ ਉਹਨਾਂ ਨਾਲ ਗੱਥੀ ਪੈਂਦਾ ਉਹਨਾਂ ਦੇ ਉੱਧਰੋਂ ਮੈਨੂੰ ਗਾਲਾਂ ਕੱਢਦਾ ਜੇ ਅਤੇ ਅਸੀਂ ਇਹਨੂੰ ਰੋਜ਼ ਹੀ ਕਹੀਦਾ ਵੀ ਦੇਖ ਹਟ ਜਾ ਤੂੰ ਇਹ ਨਹੀਂ ਸਾਡੀ ਗੱਲ ਮੰਨਦਾ ਜੇ ਮੁੜ ਕੇ ਆਪਣੇ ਸਹੁਰਿਆਂ ਨੂੰ ਲੈ ਆਇਆ ਉਹਨੇ ਆਣ ਕੇ ਜਨਾਨੀਆਂ ਨੂੰ 10-12 ਹੋਣੀਆਂ ਆ ਸਾਡੇ 'ਤੇ ਆਣ ਕੇ ਹਮਲਾ ਕੀਤਾ ਮੇਰੇ ਆਦਮੀ 'ਤੇ ਹਮਲਾ ਕੀਤਾ ਇਹਨਾਂ ਨੇ ਅਤੇ ਅਸੀਂ ਇਹ ਚਾਹੁੰਦੇ ਹਾਂ ਵੀ ਸਾਨੂੰ ਇਨਸਾਫ਼ ਚਾਹੀਦਾ ਮੇਰਾ ਤਾਜ਼ਾ ਮਸਲਾ ਕੀ ਜੀ ਹੁਣ ਕੀ ਜਿਹੜਾ ਆਇਆ ਜੇ ਆਪਣੇ ਨਾ ਸਹੁਰਿਆਂ ਨੂੰ ਲੈ ਕੇ ਆਇਆ ਜੇ ਆਣ ਕੇ ਇਹਨੇ ਸਾਡੇ 'ਤੇ ਹਮਲਾ ਕੀਤਾ ਮੇਰੇ ਆਦਮੀ ਨੂੰ ਝੰਝੋੜਿਆ ਮੇਰਾ ਆਦਮੀ ਉਸ ਵੇਲੇ ਡਿੱਗ ਗਿਆ ਅਤੇ ਉਹਨੂੰ ਐਸਾ ਧੱਕਾ ਲੱਗਾ ਆ ਮੇਰੇ ਆਦਮੀ ਨੂੰ ਉਸ ਵੇਲੇ ਅਸੀਂ ਲੈ ਗਏ ਚੁੱਕ ਕੇ ਉਹਨਾਂ ਨੇ ਕਿਹਾ ਵੀ ਇਸ ਵੇਲੇ ਦੀ ਕੋਈ ਨਹੀਂ ਸਾਰਾ ਕੁਛ ਇਹਦਾ ਡੈੱਡ ਹੋ ਗਿਆ ਜੇ ਇਹ ਇਸ ਵੇਲੇ ਇਹ ਕਿਸੇ ਹਾਲਤ ਵਿੱਚ ਨਹੀਂ ਇਹ ਹੋ ਸਕਦੇ ਬੋਲ ਨਹੀਂ ਸਕਦੇ ਅਤੇ ਅਸੀਂ ਮੁੜ ਕੇ ਥਾਣੇ ਗਏ ਹਾਂ ਉੱਥੇ ਸਾਡੀ ਕੋਈ ਸੁਣਾਈ ਨਹੀਂ ਹੋਣ ਡਈ ਦੀ ਉੱਥੇ ਜਦੋਂ ਵੀ ਜਾਂਦੇ ਹਾਂ ਉਹ ਇਹਦਾ ਪੱਖ ਲੈਂਦੇ ਆ ਪਤਾ ਨਹੀਂ ਇਹਦੇ ਮਗਰ ਕਿਹਦਾ ਹੱਥ ਜੇ ਅਤੇ ਸਾਡੀ ਉੱਥੇ ਸੁਣ ਅਸੀਂ ਮੰਗ ਕਰਦੇ ਸਾਨੂੰ ਇਨਸਾਫ਼ ਚਾਹੀਦਾ ਸਾਨੂੰ ਇਨਸਾਫ਼ ਚਾਹੀਦਾ ਆ ਬਸ ਇਹ ਸਾਨੂੰ ਘਰੋਂ ਅਸੀਂ ਇਹਨੂੰ ਬਦਖਲ ਕੀਤਾ ਸਾਡੇ ਘਰੋਂ ਇਹ ਜਾਣਾ ਚਾਹੀਦਾ ਜੀ ਹਾਂਜੀ ਮੈਡਮ ਆਪਣਾ ਨਾਂ ਦੱਸ ਦਿਓ ਹਾਂਜੀ ਮੇਰਾ ਨਾਮ ਹਰਜੀਤ ਕੌਰ ਹਾਂਜੀ ਇਹਨਾਂ ਦਾ ਘਰੇਲੂ ਝਗੜਾ ਹੈਗਾ ਆਕਾਸ਼ ਔਰ ਮਾਨਸੀ ਦੇ ਨਾਲ ਔਰ ਇਹਨਾਂ ਦੋਨਾਂ ਦੇ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਹੈਗਾ ਆ ਹਾਂਜੀ ਇਹਨਾਂ ਨੂੰ ਬਸ ਇਹੋ ਹੀ ਸੀਗਾ ਕਿ ਜਾਇਦਾਦ ਨੂੰ ਲੈ ਕੇ ਇਹਨਾਂ ਨੇ ਆਪਣੇ ਮਾਨਸੀ ਦੇ ਪਰਿਵਾਰ ਵਾਲਿਆਂ ਨੇ ਆ ਕੇ ਇਹਨਾਂ ਦੇ ਧਾਵਾ ਬੋਲਿਆ ਆ ਅਤੇ ਜਦੋਂ ਉਹ ਆ ਕੇ ਲੜਾਈ ਝਗੜਾ ਕੀਤਾ ਉਹਨਾਂ ਨੇ ਔਨ ਦੀ ਸਪੋਰਟ 'ਚ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉੱਥੇ ਗਿਰ ਗਏ ਜੋ ਕਿ ਜਿਹੜੇ ਇਲਾਜ ਚੱਲ ਰਹੇ ਨੇ ਕੀ ਹੋਇਆ ਕਿ ਉਹਨਾਂ ਨੂੰ ਕਹਿੰਦੇ ਕਿ ਪੈਰਾਲਾਈਜ਼ਡ ਹੈ ਹਾਂਜੀ ਉਹ ਹਜੇ ਮੇਜਰ ਹਾਲਤ ਦੇ ਵਿੱਚ ਹੈਗੇ ਨੇ ਕ੍ਰਿਟੀਕਲ ਹਾਲਤ ਹੈ ਉਹਨਾਂ ਦੀ ਉਹਨਾਂ ਦਾ ਹੋਸਪਿਟਲ ਮੈਂ ਵੀ ਹੋ ਕੇ ਆਈ ਹਾਂ ਉਹਨਾਂ ਨੂੰ ਵੈਂਟੀਲੇਟਰ 'ਚ ਰੱਖਿਆ ਹੋਇਆ ਬਾਕੀ ਜੋ ਸਾਡੇ ਕੋਲ ਦਰਖਾਸਤ ਆਈ ਹੈ ਉਹਦੇ 'ਤੇ ਅਸੀਂ ਪੈਰਵਾਈ ਕਰ ਰਹੇ ਹਾਂ ਨਹੀਂ ਜੀ ਅਸੀਂ ਕੋਈ ਗੱਲ ਨਹੀਂ ਹੈ ਅਸੀਂ ਆਪਣਾ ਜੋ ਕੰਮ ਹੈ ਬੜੇ ਧਿਆਨ ਨਾਲ ਕਰ ਰਹੇ ਹਾਂ ਇਮਾਨਦਾਰੀ ਨਾਲ ਕਰ ਰਹੇ ਹਾਂ ਜੋ ਵੀ ਦੋਸ਼ੀ ਸਾਡੇ ਸਾਹਮਣੇ ਆਏਗਾ ਤਾਂ ਉਸ 'ਤੇ ਬਣਦੀ ਕਾਰਵਾਈ ਜਿਹੜੀ ਹੈ ਪੁਲਿਸ ਜ਼ਰੂਰ ਕਰੇਗੀ ਸਰ ਮੇਰਾ ਨਾਂ ਵਿਕਾਸ ਆ ਜੀ ਅਸੀਂ ਸ਼ੇਖਾਂ ਵਾਲੀ ਗਲੀ ਲਾਹੌਰੀ ਗੇਟ ਦੇ ਅੰਦਰ ਰਹਿੰਦੇ ਹਾਂ ਸਰ ਇਹਦਾ ਹਮਲਾ ਦਾ ਮਸਲਾ ਹੈ ਕਿ ਮੇਰਾ ਛੋਟਾ ਭਰਾ ਜੋ ਕਿ ਹਮੇਸ਼ਾ ਪ੍ਰੋਪਰਟੀ ਨੂੰ ਲੈ ਕੇ ਮਾਤਾ ਪਿਤਾ ਨਾਲ ਝਗੜਾ ਕਰਦਾ ਰਹਿੰਦਾ ਸੀ ਇਹਨੇ ਪਹਿਲਾਂ ਵੀ ਕਈ ਵਾਰੀ ਇਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ ਨੇ ਜਿਸ ਕਰਕੇ 10-12 ਸਾਲ ਪਹਿਲਾਂ ਵੀ ਇੱਥੋਂ ਨਿਕਲ ਚੁੱਕਿਆ ਸ਼ਾਦੀ ਦੇ ਬਾਅਦ ਬਟ ਇਹਨੇ ਕੁਛ ਟਾਈਮ ਪਾ ਕੇ 10-12 ਸਾਲ ਤਰਲੇ ਮਿੰਤਾ ਕਰਕੇ ਉਹਨਾਂ ਦੇ ਹੱਥ ਪੈਰ ਜੋੜ ਕੇ ਘਰ ਦੇ ਅੰਦਰ ਪ੍ਰਵੇਸ਼ ਕੀਤਾ ਧੋਖੇ ਨਾਲ ਕਿ ਮੈਂ ਸੁਧਰ ਗਿਆ ਵਾਂ ਮੈਂ ਹੁਣ ਉਸ ਤਰ੍ਹਾਂ ਦਾ ਨਹੀਂ ਰਿਹਾ ਫਿਰ ਵੀ ਇਹਦੇ ਦਲ ਦੇ ਕਿਤੇ ਨਾ ਕਿਤੇ ਉਹ ਚੀਜ਼ ਰਹਿੰਦੀ ਸੀਗੀ ਇਹਨਾਂ ਨੇ ਉਹ ਬੜੀ ਕਿਸ ਐਂਟਰੀ ਕਰਨ ਤੋਂ ਬਾਅਦ ਵੀ ਇਹਨਾਂ ਨੇ ਕਈ ਤਰ੍ਹਾਂ ਦੇ ਝਗੜੇ ਕੀਤੇ ਕਈ ਐਲੀਗੇਸ਼ਨ ਸਾਡੇ 'ਤੇ ਲਾਏ ਜੋ ਬੇਬੁਨਿਆਦ ਨਿਕਲੇ ਐਟ ਲਾਸਟ 3-4 ਰਜਾਮੰਦੀਆਂ ਦੇ ਬਾਅਦ ਇਹਨਾਂ ਨੇ ਕੁਛ ਇਹੋ ਜਿਹੀ ਪਲਾਨਿੰਗ ਕੀਤੀ ਕਿ ਆਪਣੇ ਸਹੁਰਾ ਪੱਕੀ ਦੇ ਨਾਲ ਮਿਲ ਕੇ ਕੁਛ ਜਨਾਨੀਆਂ ਜਿਨ੍ਹਾਂ ਦੇ ਨਾਂ ਸਾਨੂੰ ਪਤਾ ਨੇ ਪਰ ਕੁਛ ਅਣਪਛਾਤੀਆਂ ਜਨਾਨੀਆਂ 10-12 ਜਨਾਨੀਆਂ ਦੇ ਵਿੱਚ ਆ ਕੇ ਘਰ 'ਤੇ ਧਾਵਾ ਬੋਲ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਸਾਡੇ ਫਾਦਰ ਸਾਹਿਬ ਨੂੰ ਚੰਗੀ ਤਰ੍ਹਾਂ ਝੰਝੋੜਿਆ ਧੱਕਾ ਮੁੱਕੀ ਕੀਤੀ ਫਾਦੇ ਮਾਤਰ ਨਾਲ ਗਾਲੀ ਗਲੋਚ ਕੀਤੀ ਉਹਨਾਂ ਨੂੰ ਧੱਕੇ ਮੁੱਕੇ ਮਾਰੇ ਗਾਲੀ ਗਲੋਚ ਕੀਤੀ ਗਲੀ ਵਿੱਚ ਖਲੋ ਕੇ ਮਜਬੇ ਲਾਏ ਜੋ ਕਿ ਸਾਰੀ ਗਲੀ ਨੇ ਵੇਖਿਆ ਔਰ ਇਹਨਾਂ ਨੇ ਆਪਣੇ ਵੱਲੋਂ ਉਹਨਾਂ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ ਜਿਸ ਦੇ ਚੱਲਦੇ ਉਹ ਉਸੇ ਵੇਲੇ ਡਿੱਗ ਗਏ ਜਦੋਂ ਉਹਨਾਂ ਨੂੰ ਲੈ ਕੇ ਅਸੀਂ ਹੋਸਪਿਟਲ ਗਏ ਤਾਂ ਡਾਕਟਰ ਨੇ ਉਹਨਾਂ ਨੂੰ ਪੈਰਾਲਾਈਜ਼ ਦਾ ਘੋਸ਼ਿਤ ਕਰ ਦਿੱਤਾ ਕਿ ਇਹ ਬਿਲਕੁਲ ਅੱਧ ਮਰੇ ਹੋ ਚੁੱਕੇ ਨੇ ਇਹਨਾਂ ਦੀ ਲਾਈਫ ਜੀਵਨ ਅਤੇ ਮਰਨ ਦੇ ਵਿੱਚ ਹੈ ਅਸੀਂ ਇਹਦੇ ਖਿਲਾਫ਼ ਕਈ ਕੰਪਲੇਂਟਾਂ ਪੁਲਿਸ ਵਿੱਚ ਦੇ ਚੁੱਕੇ ਹਾਂ ਉਹਨਾਂ ਦੇ ਇਸ ਹਾਲਤ ਤੋਂ ਬਾਅਦ ਬਟ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਮੇ ਬੀ ਇਹਨਾਂ ਦੇ ਪਿੱਛੇ ਕੋਈ ਪੋਲੀਟੀਕਲ ਹੱਥ ਹੈਗਾ ਜਿਸ ਦੇ ਚੱਲਦੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਹਨੂੰ ਦੋਸ਼ੀ ਮੰਨਦੇ ਜੀ ਸਾਰੇ ਮਸਲੇ ਦੇ ਸਰ ਸਾਰੇ ਦੋਸ਼ੇ 'ਚ ਇੱਕ ਤਾਂ ਆ ਜਿੰਮੀ ਆਕਾਸ਼ ਉਫ ਜਿੰਮੀ ਉਹਦੀ ਪਤਨੀ ਮਾਨਸੀ ਸਪਨਾ ਉਸਦੀ ਮਾਂ ਪਤਨੀ ਅਤੇ ਉਹਦੇ ਜਿਹੜੇ ਰਿਸ਼ਤੇਦਾਰ ਸਾਲੀਆਂ ਸਹੁਰਾ ਸਾਲੇਹਾਰ ਉਹਦੀਆਂ ਕਿੰਨੇ ਕੁ ਬੰਦੇ ਜਿਨ੍ਹਾਂ ਨੇ ਧਾਵਾ ਬੋਲਿਆ ਸਰ ਇਹ 10-12 ਦੇ ਵਿੱਚ ਗਿਣਤੀ ਦੇ ਸਾਈ ਇਸ ਬੰਦੀ ਕੋ ਪੁਲਿਸ ਨੂੰ ਕੰਪਲੇਂਟ ਕੀਤੀ ਸਰ ਉਸੇ ਵੇਲੇ ਕੰਪਲੇਂਟ ਕੀਤੀ ਗਈ ਅਗਲੇ ਦਿਨ ਔਰ ਪੁਲਿਸ ਨੇ ਅੱਜ ਤੱਕ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਅਸੀਂ ਪਰਚੇ ਦੀ ਵੀ ਡਿਮਾਂਡ ਕੀਤੀ ਕਿ ਸਾਡਾ ਪਿਓ ਮਰਨ ਵਾਲਾ ਅਤੇ ਸਾਨੂੰ ਇਨਸਾਫ਼ ਦਿੱਤਾ ਜਾਵੇ
क्योंकि एक हिसाब का वो वेंटीलेटर तो है, डॉक्टर ने भी जवाब दे दिता है कि इन्हों की सेवा ही करो, ये बचन की कोई उम्मीद नहीं गई। मंग इंसाफ की करते जी, आप कैप्टन साहब को यही कहने, कमिश्नर साहब को भी ये उत्ते जो भी इंसाफ सू बनता सू इंसाफ दवाया जाए। वो अज भी खुलेआम घूम रहे हैं बट सू कोई इंसाफ नहीं मिल रहा। वो टोरना हर किसी यही कह रहे हैं कि ठीक है हड्डिया कोई सुनवाई नहीं होगी, जिते मर्जी भज लैन। इन्हें भी की अज की डेट अबाजी कॉम टीवी अमृतसर तो पत्रकार ललित शर्मा की रिपोर्ट।